ਪਾਕਿਸਤਾਨੀ ਮਹਿਲਾ ਨੇ ਲੁਧਿਆਣਾ 'ਚ ਦਿੱਤਾ ਬੱਚੀ ਨੂੰ ਜਨਮ। ਸਮਝੌਤਾ ਐਕਸਪ੍ਰੈਸ ਤੇ ਆਗਰਾ ਤੋਂ ਜਾ ਰਹੀ ਸੀ ਲਾਹੌਰ, ਹਾਲਾਤ ਵਿਗੜਨ ਕਾਰਨ ਪੰਜਾਬ ਵਿੱਚ ਹੀ ਹੋਇਆ ਬੱਚੀ ਦਾ ਜਨਮ। ਦੱਸਦੇ ਕਿ ਇੱਕ ਗਰਭਵਤੀ ਮਹਿਲਾ ਜੋ ਕਿ ਆਗਰਾ ਤੋਂ ਲਾਹੌਰ ਸਮਝੌਤਾ ਐਕਸਪ੍ਰੈਸ ਰਾਹੀਂ ਜਾ ਰਹੀ ਸੀ, ਜਦੋਂ ਉਹ ਲੁਧਿਆਣਾ ਕੋਲ ਪਹੁੰਚਦੀ ਹੈ ਤਾਂ ਉਸਦੇ ਦਰਦ ਹੋਣ ਲੱਗ ਜਾਂਦਾ ਹੈ, ਜਿਸ ਕਾਰਨ ਉਸਦੇ ਹਾਲਾਤਾਂ ਨੂੰ ਵੇਖਦੇ ਹੋਏ ਉਸਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੀ ਉਤਾਰ ਦਿੱਤਾ ਜਾਂਦਾ ਹੈ ਅਤੇ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉੱਥੇ ਉਸਦੀ ਡਿਲੀਵਰੀ ਕੀਤੀ ਜਾਂਦੀ ਹੈ। ਤਾਂ ਮਹਿਲਾ ਵੱਲੋਂ ਡਾਕਟਰ ਨੂੰ ਰੋਕਿਆ ਜਾਂਦਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਸਦੇ ਬੱਚੇ ਦੀ ਡਿਲੀਵਰੀ ਇੱਥੇ ਹੋਵੇ ਤਾਂ ਕਿ ਕਿਸੇ ਤਰੀਕੇ ਦੀ ਨਾਗਰਿਕਤਾ ਦਾ ਪੰਗਾ ਨਾ ਪਵੇ। ਪਰ ਮਹਿਲਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਉਸਦੀ ਡਿਲੀਵਰੀ ਕਰ ਦਿੱਤੀ ਗਈ, ਜਿਸ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ ਅਤੇ ਡਾਕਟਰਾਂ ਮੁਤਾਬਿਕ ਮਾਂ ਅਤੇ ਬੱਚੀ ਦੋਨੋਂ ਸੇਫ ਨੇ। ਇਸ ਸੰਬੰਧੀ ਪਾਕਿਸਤਾਨੀ ਮਹਿਲਾ ਨਹੀਂ ਚਾਹੁੰਦੀ ਸੀ ਕਿ ਉਸਦੇ ਬੱਚੇ ਦੀ ਡਿਲੀਵਰੀ ਇੱਥੇ ਹੋਵੇ ਤਾਂ ਕਿ ਨਾਗਰਿਕਤਾ ਵਿੱਚ ਕੋਈ ਵੀ ਦਿੱਕਤ ਨਾ ਆਵੇ। ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ SMO ਮਨਦੀਪ ਸਿੱਧੂ ਅਤੇ ਡਾਕਟਰ ਰੁਚੀ ਸਿੰਗਲਾ ਨੇ ਦੱਸਿਆ ਕਿ ਮੈਰਿਸ਼ ਨਾਮ ਦੀ 32 ਸਾਲਾ ਲੜਕੀ ਕੱਲ੍ਹ 9:30 ਦੇ ਕਰੀਬ ਸਿਵਲ ਹਸਪਤਾਲ ਆਈ ਸੀ, ਜਿਸ ਨੂੰ ਸੰਵੇਦਨਾ ਟਰੱਸਟ ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਿਆਂਦਾ ਗਿਆ ਸੀ ਅਤੇ ਕਿਹਾ ਇਹ ਔਰਤ ਆਗਰਾ ਤੋਂ ਲਾਹੌਰ ਲਈ ਜਾ ਰਹੀ ਸੀ ਅਤੇ ਅਚਾਨਕ ਇਸਦੇ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਇਸ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਤਾਂ ਇਸਦੀ ਡਿਲੀਵਰੀ ਦੌਰਾਨ ਇਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਅਤੇ ਮਾਂ ਅਤੇ ਬੱਚੀ ਦੋਨੋਂ ਸੇਫ ਨੇ। ਉਹਨਾਂ ਇਹ ਵੀ ਦੱਸਿਆ ਕਿ ਨਾਗਰਿਕਤਾ ਨਾ ਬਦਲੇ ਇਸ ਲਈ ਮੈਰਿਸ਼ ਵੱਲੋਂ ਉਹਨਾਂ ਨੂੰ ਡਿਲੀਵਰੀ ਦੇ ਲਈ ਰੋਕਿਆ ਜਾ ਰਿਹਾ ਸੀ, ਪਰ ਹਾਲਾਤਾਂ ਨੂੰ ਦੇਖਦੇ ਹੋਏ ਉਸਦਾ ਇਲਾਜ ਵੀ ਜ਼ਰੂਰੀ ਸੀ, ਜਿਸ ਤੋਂ ਬਾਅਦ ਡਿਲੀਵਰੀ ਕੀਤੀ ਗਈ ਤਾਂ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ। ਸਰ ਦੇਖੋ, ਸਾਨੂੰ ਕੋਲ ਜਦੋਂ ਵੀ ਆਉਂਦੀ ਹੈ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਇਸਦਾ, ਕਿਉਂਕਿ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਅਸੀਂ ਉਹਨੂੰ ਪੇਸ਼ੈਂਟ ਨੂੰ ਚੱਕਣਾ ਹੈ। ਅਤੇ 8:30 ਕੋਈ ਦੇ ਕਰੀਬ ਸਾਨੂੰ ਸਵੇਰੇ ਕੋਲ ਆਈ ਹੈ ਅਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਅਤੇ ਉਹਨਾਂ ਨੇ ਮੈਨੂੰ ਕੋਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਹੈ ਅਤੇ ਵੀ ਢੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ, ਵੀ 9:30 ਗੱਡੀ ਪਹੁੰਚ ਜਾਏਗੀ ਅਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋ ਗਏ, ਜੋ ਵੀ ਇਹਨਾਂ ਦੇ ਫੰਡਾਮੈਂਟਲ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਅਤੇ ਸਾਨੂੰ ਕੋਲ ਆਉਣ ਤੋਂ ਬਾਅਦ ਅਸੀਂ ਮੈਂ 2 ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀਜ਼ ਨੂੰ ਲਿਆਉਣ ਦੇ ਵਿੱਚ ਦਿੱਕਤ ਨਾ ਆਵੇ, ਅਤੇ ਉਹ 2 ਡਰਾਈਵਰ ਸਾਡੇ ਜਦੋਂ ਗਏ ਅਤੇ ਉੱਥੇ ਸਾਨੂੰ ਜਾਂਦੇ ਨੇ ਉੱਥੇ ਡਾਕਟਰ ਵੀ ਇੱਕ ਜਿਹੜੇ ਖੜ੍ਹੇ ਸਨ ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ ਅਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ। 9:30 ਦੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਹਾਂ ਉਹਨਾਂ ਨੂੰ। ਨਾਲ ਕੌਣ ਕੌਣ ਸੀ ਉਹਨਾਂ ਦੇ ਨਾਲ? ਇੱਕ ਉਹਦਾ ਬ੍ਰਦਰ ਸੀ ਸ਼ਾਇਦ ਅਤੇ 2 ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ। ਕਿੱਥੇ ਜਾ ਰਹੇ ਸੀ ਉਹ? ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ, ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ, ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੀ ਇੱਕੋ ਨੇ। ਅਤੇ ਉਹਨਾਂ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਗੱਡੀ ਲਿਆ, ਜਦੋਂ ਵੀ ਇੱਥੇ ਸਿਵਲ ਹੋਸਪਿਟਲ 'ਚ ਲੈ ਕੇ ਆਏ ਲੇਬਰ ਰੂਮ ਦੇ ਵਿੱਚ, ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ, ਉਹਦੇ ਬ੍ਰਦਰ ਨੇ ਸਾਰੀ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਜਿਹੜੇ ਸਿਵਲ ਹੋਸਪਿਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਜਾ ਰਿਹਾ। ਮਨਾ ਕਰ ਰਹੇ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਹੀ ਹੈ ਨਾ ਕਰਵਾਵਾਂਗੇ, ਪਰ ਉਹਦੀ ਕੰਡੀਸ਼ਨ ਨਹੀਂ ਸੀ ਇੱਥੇ। ਸਾਨੂੰ ਵੀ ਉਹਨਾਂ ਨੇ ਗੱਡੀ ਦੇ ਵਿੱਚ ਸਾਡੇ ਡਰਾਈਵਰ ਨੇ ਜਿਵੇਂ ਦੱਸਿਆ ਹੈਗਾ ਵੀ ਗੱਡੀ ਦੇ ਵਿੱਚ ਬੈਠਣ ਲਈ ਰਾਜੀ ਨਹੀਂ ਸੀ, ਕਿਉਂਕਿ ਉਹ ਚੱਲ ਵੀ ਅਸੀਂ ਡਿਲੀਵਰੀ ਜਿਹੜੀ ਆ ਉੱਥੇ ਜਾ ਕੇ ਕਰਵਾਉਣੀ ਹੈ, ਬਟ ਉਹਦੀ ਹਾਲਾਤ ਹੀ ਇਹੋ ਜਿਹੇ ਨਹੀਂ ਸੀਗੇ ਵੀ ਉੱਥੇ ਡਿਲੀਵਰੀ ਜਾ ਕੇ ਕਰਵਾ, ਇੰਨਾ ਟਾਈਮ ਨਹੀਂ ਸੀਗਾ ਉਹਦੇ ਕੋਲ। ਅਤੇ ਇੱਥੇ ਉਸ ਤੋਂ ਬਾਅਦ ਮੈਨੂੰ ਪਤਾ ਲੇਬਰ ਰੂਮ ਦੇ ਵਿੱਚ ਸਾਡੇ ਜਿਹੜੀ ਹੈ ਸਾਡਾ ਉੱਥੇ ਤੱਕ ਦਾ ਕੰਮ ਹੁੰਦਾ, ਉਸ ਤੋਂ ਬਾਅਦ ਡਾਕਟਰਸ ਨੇ, ਇਹ ਵੀ ਬੜੀ ਵੱਡੀ ਗੱਲ ਹੈ ਵੀ ਡਾਕਟਰਸ ਨੇ ਆਪ ਇਸ ਨੂੰ ਦੇਖਿਆ ਅਤੇ ਹਾਂਜੀ ਹਾਂਜੀ ਬੇਬੀ ਸਾਨੂੰ ਅੱਜ ਸੁਣਨ ਨੂੰ ਮਿਲਿਆ ਵੀ ਉਹਦੇ ਬੇਬੀ ਗਰਲ ਹੋਈ ਹੈ ਕੱਲ੍ਹ, ਅਤੇ ਚਲੋ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਹੈ। ਪਹਿਲਾਂ ਵੀ ਉਹਦੀ ਸ਼ਾਇਦ 2 ਗੁੜੀਆਂ ਹੀ ਸੀਗੀਆਂ ਜਿਹੜੀਆਂ ਉਹਦੇ ਨਾਲ ਆਈਆਂ ਸੀਗੀਆਂ। ਇਹ ਲੇਡੀ 5ਵਾਂ ਬੱਚਾ ਸੀ ਇਹਦਾ, 2 ਪਹਿਲਾਂ ਨੋਰਮਲ ਸੀ, 2 ਅਬੋਰਸ਼ਨ ਸੀਗੇ। ਇਹ ਲੇਬਰ ਪੇਨਸ ਵਿੱਚ ਆਈ, ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ, ਐਡਵਾਂਸ ਲੇਬਰ 'ਚ ਸੀਗੀ।
ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ, ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ 'ਚ ਪਹੁੰਚ ਜਾਵਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ, ਕਿਉਂਕਿ ਇਹਦੇ ਹਸਬੈਂਡ ਪਾਕਿਸਤਾਨੀ ਸੀ, ਆਪ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ, ਅਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ। ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਹੈ, ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ, ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ। 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ, 10 ਵਜੇ ਫਾਈਲ ਐਡਮਿਸ਼ਨ ਹੋਈ ਇਹਦੀ ਪੇਸ਼ੈਂਟ ਦੀ। ਦੋਨੋਂ ਤੰਦਰੁਸਤ ਨੇ, ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ, ਤਕਰੀਬਨ ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ। ਨੋ ਬ੍ਰਦਰ ਹਾਂ, ਦੇ ਸੈਡ ਕਿ ਅਸੀਂ ਜਾਣਾ ਚਾਹੁੰਦੇ ਹਾਂ ਲਾਹੌਰ ਤਾਂ ਕਿ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ, ਅਤੇ ਪਰ ਇਹ ਮਨਜ਼ੂਰ ਨਹੀਂ ਸੀਗਾ, ਭਗਵਾਨ ਨੂੰ ਇਹ ਮਨਜ਼ੂਰ ਨਹੀਂ ਸੀ। ਮੈਂ ਇਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਸ਼, ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ, ਉਹ ਛੱਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ, ਅਤੇ ਉਹਨੂੰ ਜਦੋਂ ਉਹ ਮਤਲਬ ਉਹਦਾ 5ਵਾਂ ਬੱਚਾ ਸੀ, ਪਹਿਲਾਂ ਉਹਦੇ 2 ਜ਼ਿੰਦਾ ਬੱਚੇ ਨੇ, ਅਤੇ ਉਹ ਉਮਰ ਕਰੀਬਨ 32 ਸਾਲ, ਅਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ, ਅਤੇ ਇੱਥੇ ਉੱਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10-11 ਵਜੇ ਸਾਡੇ ਕੋਲ ਉਹਨੂੰ ਪਹੁੰਚਾ ਦਿੱਤਾ, ਅਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ, ਅਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ, ਅਤੇ ਮਾਂ ਅਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਅਤੇ ਠੀਕ ਠਾਕ ਹੈ। ਅਤੇ ਆਪਣਾ ਕੀ ਕਹਿੰਦੇ ਨੇ, ਜਿਵੇਂ ਨੋਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀਆਂ ਕਿ 48 ਘੰਟੇ ਵਾਚ ਕਰਨਾ ਹੁੰਦਾ ਕਿ ਮਾਂ ਅਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ, ਅਤੇ ਉਸ ਤੋਂ ਬਾਅਦ 48 ਘੰਟੇ ਕੱਲ੍ਹ ਪੂਰੇ ਹੋ ਜਾਣਗੇ, ਉਹਨਾਂ ਨੂੰ ਸੇਫ ਐਂਡ ਸਾਊਂਡ ਛੁੱਟੀ ਦੇ ਦਿੱਤੀ ਜਾਏਗੀ। ਮੈਮ, ਜਿਸ ਤਰ੍ਹਾਂ ਜਿਹੜੀ ਇਹ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ, ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਹੈ, ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ 'ਚ ਬੱਚੇ ਦਾ ਜਨਮ ਜਾਂ ਕੋਈ ਗੱਲ? ਹਾਂਜੀ, ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਮੇਰੇ ਇਹਨਾਂ ਤੋਂ ਪਤਾ ਚੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ, ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ, ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ 'ਚੋਂ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ। ਨਹੀਂ, ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ 'ਚ ਟ੍ਰੇਨ 'ਚ ਹੀ ਚਲੀ ਗਈ, ਅਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ, ਸਾਡੇ ਹੋਸਪਿਟਲ ਦਾ ਇਹਦੇ ਵਿੱਚ ਕੁਛ ਨਹੀਂ ਹੈ, ਇਹ ਡਿਲੇ ਫਿਰ ਪਿੱਛੋਂ ਹੀ ਹੋਇਆ। ਜੇਕਰ ਉਹ ਮਤਲਬ ਥੋੜ੍ਹਾ ਤਬੀਅਤ ਦਾ, ਉਹਨੂੰ ਆਪਦੀ ਦਾ ਪਤਾ ਹੁੰਦਾ, ਉਹ ਪਹਿਲਾਂ ਵੀ ਜਾ ਸਕਦੀ ਸੀਗੀ, ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ੍ਹ ਭੇਜ ਨਹੀਂ ਸੀ ਸਕਦੇ, ਕਿਉਂਕਿ ਆਲਰੇਡੀ ਉਹਦੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਐਡਵਾਂਸ ਲੇਬਰ ਦੇ ਵਿੱਚ ਸੀਗੀ ਉਹ, ਅਤੇ ਬਾਈ ਚਾਂਸ ਹੁਣ ਅਸੀਂ ਛੁੱਟੀ ਦੇ ਦਿੰਦੇ, ਉਹ ਰਸਤੇ 'ਚ ਕਿਸੇ ਆਟੋ 'ਚ ਕਿਸੇ ਰਿਕਸ਼ਾ 'ਚ ਡਿਲੀਵਰ ਕਰ, ਉਹਦੇ ਨਾਲ ਬੈਟਰ ਹੈ ਕਿ ਸਾਡੇ ਹੋਸਪਿਟਲ 'ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ, ਅਤੇ ਮੈਂ ਇਹਨੂੰ ਪੋਜ਼ਿਟਿਵ ਗੱਲ ਮੰਨਦੀ ਹਾਂ। ਮਾਂ ਬੱਚਾ ਦੋਨੇ ਠੀਕ ਨੇ? ਬਿਲਕੁਲ ਤੰਦਰੁਸਤ ਹੈ ਜੀ, ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਹੋ, ਅਤੇ ਛੁੱਟੀ ਕੱਲ੍ਹ 48 ਘੰਟੇ ਪੂਰੇ ਹੋ ਜਾਣਗੇ ਜੀ, ਉਹਨਾਂ ਨੂੰ ਦੇਖ ਕੇ, ਮੈਡੀਸਨ ਦੇ ਕੇ, ਡਿਸਚਾਰਜ ਸਲਿੱਪ ਬਣਾ ਕੇ, ਡਾਕਟਰਸ ਤੋਂ ਜੋ ਸਲਾਹ ਹੈ ਦਵਾ ਕੇ, ਉਹਨਾਂ ਨੂੰ ਛੁੱਟੀ।